ਸੋ ਖਾਣ ਪੀਣ ਤੋਂ ਬਾਅਦ ਹੁਣ ਮੈਂ ਤੁਹਾਨੂੰ ਅਜਿਹੀ ਜਗ੍ਹਾ ਤੇ ਲੈ ਕੇ ਜਾ ਰਹੀ ਹਾਂ ਜਿੱਥੇ ਤੁਸੀਂ ਆਪਣੀ ਖੂਬਸੂਰਤੀ ਨੂੰ ਹੋਰ ਵੀ ਜ਼ਿਆਦਾ ਨਿਖਾਰ ਸਕਦੇ ਹੋ। ਜੀ ਮੈਂ ਗੱਲ ਕਰ ਰਹੀ ਹਾਂ ਖੁਸ਼ੀ ਬਿਊਟੀ ਸੈਲੂਨ ਅਤੇ ਅਕੈਡਮੀ ਦੇ, ਜਿੱਥੇ ਤੁਸੀਂ ਆਪਣੀ ਖੂਬਸੂਰਤੀ ਨੂੰ ਹੋਰ ਵੀ ਜ਼ਿਆਦਾ ਨਿਖਾਰ ਸਕਦੇ ਹੋ। ਉੱਥੇ ਹੀ ਤੁਸੀਂ ਇਸ ਅਕੈਡਮੀ ਦੇ ਨਾਲ ਆਪਣਾ ਫਿਊਚਰ ਵੀ ਸਿਕਿਉਰ ਕਰ ਸਕਦੇ ਹੋ। ਜੇਕਰ ਤੁਸੀਂ ਵਿਜ਼ਿਟ ਕਰਨਾ ਫਿਰ ਐਡਰੈਸ ਨੋਟ ਕਰ ਲਓ, ਨੀਅਰ ਗਰਗ ਹਸਪੀਟਲ, ਨਿਹਾਲ ਸਿੰਘ ਵਾਲਾ, ਖੁਸ਼ੀ ਬਿਊਟੀ ਸੈਲੂਨ ਅਤੇ ਅਕੈਡਮੀ। ਸੋ ਰਿਸੈਪਸ਼ਨ ਦੀ ਜੋ ਜਾਣਕਾਰੀ ਮੈਨੂੰ ਮਿਲੀ ਮੈਂ ਤੁਹਾਡਾ ਸ਼ੇਅਰ ਕਰਨਾ ਚਾਹਾਂਗੀ। ਇਸ ਤਰਫ ਸੈਲੂਨ ਬਣਾਇਆ ਗਿਆ, ਸੈਲੂਨ ਦੇ ਬਿਲਕੁਲ ਆਪੋਜ਼ਿਟ ਬਣਾਇਆ ਗਿਆ ਅਕੈਡਮੀ ਸੈਕਸ਼ਨ। ਜੀ ਹਾਂ, ਇਸ ਅਕੈਡਮੀ ਦੇ ਵਿੱਚ ਤੁਹਾਨੂੰ ਪ੍ਰੋਪਰਲੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਔਰ ਤੁਹਾਨੂੰ ਪ੍ਰੋਫੈਸ਼ਨਲ ਬਣਾਇਆ ਜਾ ਰਿਹਾ। ਕਿਸ ਰਿਗਾਰਡਿੰਗ? ਬਿਊਟੀ ਦੇ ਰਿਗਾਰਡਿੰਗ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਸਟੂਡੈਂਟਸ ਹੈ ਉਹਨਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ, ਟੀਚਰ ਉਹਨਾਂ ਨੂੰ ਦੱਸ ਰਿਹਾ ਹੈ ਔਰ ਹੇਅਰ ਦੀ ਸਿਖਲਾਈ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ। ਹੇਅਰ ਦੇ ਵਿੱਚ ਬਹੁਤ ਸਾਰੇ ਟ੍ਰੀਟਮੈਂਟਸ ਹੁੰਦੇ ਨੇ, ਟ੍ਰੀਟਮੈਂਟ ਜੇਕਰ ਗੱਲ ਕਰਾਂ ਤਾਂ ਰਿਬੋਂਡਿੰਗ, ਸਮੂਥਨਿੰਗ, ਕੈਰਾਟੀਨ, ਔਰ ਇਹਨਾਂ ਟ੍ਰੀਟਮੈਂਟ ਨੂੰ ਕਿੱਦਾਂ ਅਤੇ ਕਿਵੇਂ ਕਰੀਦਾ, ਕਿੰਨਾ ਟਾਈਮ ਪ੍ਰੋਡਕਟ ਨੂੰ ਰੱਖਣਾ ਪਏਗਾ, ਕਿਹੜਾ ਕੈਮੀਕਲ ਹੈ ਜਿਹੜਾ ਕਿ ਪ੍ਰੋਪਰ ਯੂਜ਼ ਹੁੰਦਾ, ਇਸ ਚੀਜ਼ ਨੂੰ ਲੈ ਕੇ ਪ੍ਰੋਪਰ ਇੱਕ ਪ੍ਰੋਫੈਸ਼ਨਲ ਨੂੰ ਹੀ ਨੌਲੇਜ ਹੁੰਦੀ ਹੈ ਔਰ ਜੇਕਰ ਉਹ ਨੌਲੇਜ ਸ਼ੇਅਰ ਕਰਦਾ ਹੈ ਆਪਣੇ ਸਟੂਡੈਂਟ ਦੇ ਨਾਲ ਤਾਂ ਹੀ ਸਟੂਡੈਂਟ ਹੈ ਜਿਹੜਾ ਕਿ ਪ੍ਰੋਪਰਲੀ ਸਿੱਖ ਪਾਏਗਾ। ਔਰ ਇੱਥੇ ਥਰੈਟੀਕਲ ਤੋਂ ਜ਼ਿਆਦਾ ਜਿਹੜੀ ਕਿ ਪ੍ਰੈਕਟੀਕਲ ਅਤੇ ਸਟੂਡੈਂਟ ਨੂੰ ਟ੍ਰੇਨਿੰਗ ਦੇ ਕੇ ਤਿਆਰ ਕੀਤਾ ਜਾ ਰਿਹਾ ਹੈ। ਸੋ ਜੇਕਰ ਗੱਲ ਕੀਤੀ ਜਾਵੇ ਬਿਊਟੀ ਦੀ ਤਾਂ ਬਿਊਟੀ ਉਹੀ ਬੰਦਾ ਨਿਖਾਰ ਸਕਦਾ ਹੈ ਜਿਸ ਨੂੰ ਖੁਦ ਇਸ ਚੀਜ਼ ਦੀ ਨੌਲੇਜ ਹੋਵੇ। ਅਗਰ ਦੀਪ ਗਾਲਾ ਮੈਮ ਦੀ ਮੈਂ ਗੱਲ ਕਰਾਂ, ਇਹਨਾਂ ਨੂੰ ਪਿਛਲੇ 10-15 ਸਾਲ ਦਾ ਐਕਸਪੀਰੀਅੰਸ ਹੈ ਜਿਹੜਾ ਕਿ ਇਹ ਹੁਣ ਨਿਹਾਲ ਸਿੰਘ ਵਾਲਿਆਂ ਦੇ ਕਸਟਮਰਸ ਨੂੰ ਦੇ ਰਹੇ ਨੇ। ਜੀ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਸਟੂਡੈਂਟਸ ਨੂੰ ਸਿਖਾਇਆ ਵੀ ਜਾ ਰਿਹਾ, ਬਟ ਜੇਕਰ ਮੈਂ ਪ੍ਰੋਡਕਟ ਦੀ ਗੱਲ ਕਰਾਂ ਤੁਸੀਂ ਇੱਥੇ ਪ੍ਰੋਪਰਲੀ ਦੇਖ ਸਕਦੇ ਹੋ ਕਿ ਚੰਗੇ ਬ੍ਰਾਂਡ ਦੇ ਪ੍ਰੋਡਕਟ ਹੈ ਜਿਹੜੇ ਕਿ ਇਹਨਾਂ ਵੱਲੋਂ ਯੂਜ਼ ਕੀਤੇ ਜਾਂਦੇ ਨੇ, ਮੈਕ, ਕ੍ਰਾਲੋਨ, ਕਲਰ ਬਾਰ, ਔਰ ਇਸ ਤੋਂ ਵੀ ਜ਼ਿਆਦਾ ਅੱਛੇ ਬ੍ਰਾਂਡਸ ਹੈ ਜਿਹੜੇ ਕਿ ਇਹਨਾਂ ਨੇ ਇੰਟਰੋਡਿਊਸ ਕਰਵਾਏ ਨੇ ਆਪਣੇ ਸੈਲੂਨ ਦੇ ਵਿੱਚ ਔਰ ਟਾਈਮ ਟੂ ਟਾਈਮ ਆਫਰਸ ਵੀ ਇਹਨਾਂ ਵੱਲੋਂ ਤੁਹਾਡੇ ਲਈ ਦਿੱਤੀਆਂ ਜਾ ਰਹੀਆਂ ਨੇ। ਸੋ ਉਹਨਾਂ ਆਫਰਸ ਨੂੰ ਅਵੇਲ ਕਰਨ ਦੇ ਲਈ ਤੁਹਾਨੂੰ ਇੱਥੇ ਵਿਜ਼ਿਟ ਕਰਨਾ ਹੋਏਗਾ, ਬਟ ਉਸ ਤੋਂ ਪਹਿਲਾਂ ਤੁਸੀਂ ਦੇਖ ਲਓ ਕਿ ਕੀ ਤੋਂ ਕੀ ਬਣ ਜਾਂਦਾ ਆਫਟਰ ਬਿਊਟੀ ਦਾ ਸਭ। ਹੈਲੋ, ਮਾਈ ਨੇਮ ਇਜ਼ ਗੁਰਸਿਮਰਨ ਕੌਰ, ਮੈਂ ਖੁਸ਼ੀ ਬਿਊਟੀ ਅਕੈਡਮੀ ਤੋਂ ਮੇਕਅਪ ਦੀਆਂ ਕਲਾਸਿਸ ਲੈ ਰਹੀ ਹਾਂ। ਮੇਰਾ ਹੁਣ ਤੱਕ ਦਾ ਫੁੱਲ ਐਕਸਪੀਰੀਅੰਸ ਰਿਹਾ ਹੈ, ਬਹੁਤ ਵਧੀਆ ਰਿਹਾ। ਸੋ ਥੈਂਕ ਯੂ, ਤੁਸੀਂ ਵੀ ਇੱਕ ਵਾਰ ਆ ਕੇ ਜ਼ਰੂਰ ਕੰਟੈਕਟ ਕਰੋ, ਵਿਜ਼ਿਟ ਕਰੋ। ਜੀ ਮਾਈ ਨੇਮ ਇਜ਼ ਪਰਮਿੰਦਰ ਕੌਰ ਐਂਡ ਦੀ ਮੈਮ ਮੇਰੇ ਬਹੁਤ ਹੀ ਵਧੀਆ ਕਲੋਜ਼ ਫਰੈਂਡ ਨੇ ਐਂਡ ਮੈਂ ਅਕਸਰ ਇਹਨਾਂ ਦੇ ਸਲੂਨ ਦੇ ਵਿੱਚ ਆਉਂਦੀ ਜਾਂਦੀ ਹਾਂ ਅਤੇ ਆਫਰ 'ਤੇ ਅਪ ਟੂ ਡੇਟ ਰਹਿੰਦੀ ਹਾਂ ਐਂਡ ਇਹਨਾਂ ਦੇ ਪ੍ਰੋਡਕਟ ਬਹੁਤ ਹੀ ਵਧੀਆ ਵਿਜ਼ੀਬਲ ਨੇ ਐਂਡ ਮੈਨੂੰ ਪਤਾ ਲੱਗਦਾ ਕਿ ਮੇਰੀ ਸਕਿਨ 'ਤੇ ਕੀ ਯੂਜ਼ ਹੋ ਰਿਹਾ ਵਾ। ਐਂਡ ਅਗਰ ਤੁਸੀਂ ਵੀ ਇਹਨਾਂ ਦੇ ਸਲੂਨ ਦਾ ਅਤੇ ਐਂਡ ਆਫਰਸ ਦਾ ਲੁੱਕ ਉਠਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਇੱਥੇ ਵਿਜ਼ਿਟ ਕਰੋ। ਥੈਂਕ ਯੂ।